ਬਾਅਦ ਜੋ ਮਰਡਰ ਹੋਇਆ ਕੌਣ ਸੀ ਜਿਹੜੇ ਹੈ? ਜਿਹੜਾ ਜੀ ਮਰਡਰ ਹੋਇਆ, ਇੱਕ ਪ੍ਰਦੀਪ ਨਾਮ ਦਾ ਲੜਕਾ ਸੀਗਾ 18 ਸਾਲ ਦਾ, ਇਹ ਵਾਲੀਆ ਇੰਗਲਿਸ਼ ਪਬਲਿਕ ਸਕੂਲ ਦਾ ਸਟੂਡੈਂਟ ਸੀ, ਅਤੇ ਕੱਲ੍ਹ ਤਕਰੀਬਨ ਦੁਪਹਿਰ ਨੂੰ ਜਦੋਂ ਵਾਲੀਆ ਸਕੂਲ ਛੁੱਟੀ ਹੋਈ ਸੀ ਅਤੇ ਛੁੱਟੀ ਤੋਂ ਬਾਅਦ ਇੱਥੇ ਝਗੜਾ ਹੋਇਆ ਸੀ। ਤਕਰੀਬਨ 15-20 ਬੱਚੇ ਇਕੱਠੇ ਹੋ ਗਏ ਸੀਗੇ ਦੋਨੋਂ ਸਾਈਡਸ ਤੋਂ, ਦੋ ਧਿਰਾਂ ਦੇ ਵਿੱਚ, ਮਤਲਬ ਕਿ ਇਹ ਮਤਲਬ ਜਿੱਦਾਂ ਥੱਪੜ ਮੁੱਕੇ ਵਗੈਰਾ ਕਰਕੇ ਆਰਗੂਮੈਂਟਸ ਕਰਕੇ ਸਕਫਲ ਟਾਈਪ ਹੁੰਦਾ ਹੈ, ਉਹ ਹੋਇਆ। ਉਸ ਸਕਫਲ ਦੇ ਦੌਰਾਨ ਜਿਹੜਾ ਇਹ ਝਗੜਾ ਹੋਇਆ ਸੀ, ਝਗੜੇ ਦੇ ਦੌਰਾਨ ਇੱਕ ਲੜਕਾ ਹੈਗਾ ਜਿਸਦਾ ਨਾਮ ਹੈ ਸੁਲਤਾਨ, ਉਹ ਆਪਣੇ ਛੋਟੇ ਖੰਨੇ ਦਾ ਰਹਿਣ ਵਾਲਾ ਹੈ, ਉਸਨੇ ਦੋ ਸਟੈਬ ਵੂੰਡ ਮਾਰੇ ਸੀਗੇ ਜਿਹੜਾ ਡਿਸੀਜ਼ਡ ਹੈ ਪ੍ਰਦੀਪ ਨੂੰ, ਜਿਹੜੀ ਉਸਦੀ ਰਾਈਟ ਸਾਈਡ ਆਪਣੀ ਲੋਅਰ ਐਬਡੋਮੈਨ ਹੈ, ਰਾਈਟ ਸਾਈਡ ਲੋਅਰ ਐਬਡੋਮੈਨ, ਤਾਂ ਜਿਹੜਾ ਰਾਈਟ ਸਾਈਡ ਦਾ ਆਪਣਾ ਥਾਈ ਦਾ ਰੀਜਨ ਹੈ, ਉੱਥੇ ਉਸਦੇ ਦੋ ਡੀਪ ਸਟੈਬ ਵੂੰਡ ਮਾਰੇ ਹੈ ਚਾਕੂ ਤੋਂ, ਜਿਹੜਾ ਚਾਕੂ ਪੁਲਿਸ ਨੇ ਬਰਾਮਦ ਕੀਤਾ ਹੈ। ਅਤੇ ਉਸ ਤੋਂ ਬਹੁਤ ਜ਼ਿਆਦਾ ਤਕਰੀਬਨ 5-6 ਮਿੰਟ ਤੱਕ ਬਲੱਡ ਲੋਸ ਹੁੰਦਾ ਰਿਹਾ, ਉਸਨੂੰ ਮੈਡੀਕਲ ਟ੍ਰੀਟਮੈਂਟ ਨਹੀਂ ਮਿਲਿਆ, ਜਿਸ ਕਰਕੇ ਉਸ ਤੋਂ ਹਸਪਤਾਲ ਲੈ ਕੇ ਜਾਂਦੇ ਹੋਏ ਉਸਦੀ ਮੌਤ ਹੋ ਗਈ। ਔਰ ਉਸ ਤੋਂ ਇਲਾਵਾ ਇੱਕ ਔਰ ਲੜਕਾ ਸੀਗਾ ਜਿਸਦਾ ਨਾਮ ਹੈ ਰਾਕੇਸ਼ ਕੁਮਾਰ ਉਰਫ ਕਾਕਾ, ਅਤੇ ਇਹ ਲੜਕਾ ਸੀ, ਇਸਨੇ ਇੱਕ ਜਿਹੜਾ ਆਪਣਾ ਪੰਚ ਹੁੰਦਾ, ਇੱਕ ਲੋਹੇ ਦੀ ਜਿਹੜੀ ਸ਼ਾਰਪ ਐਜਿਸ ਵਾਲਾ ਪੰਚ ਹੁੰਦਾ, ਉਸਦਾ ਇਸਤੇਮਾਲ ਕਰਦੇ ਹੋਏ ਇੱਕ ਵਾਰ ਉਸਨੂੰ ਰਾਈਟ ਸਾਈਡ 'ਤੇ ਪੰਚ ਵੀ ਮਾਰਿਆ ਸੀ। ਅੱਛਾ, ਕੀ ਕਾਰਨ ਸੀ SSP ਸਾਹਿਬ ਜਿਹੜਾ ਇੱਕ ਕਤਲ ਕਰਨ ਦਾ ਬਣਿਆ? ਬੇਸਿਕਲੀ ਇਹ ਕਹਿੰਦੇ ਆ ਕਿ ਇਹਨਾਂ ਦਾ ਕੋਈ ਜਿਹੜੇ ਸਕੂਲ ਦੇ ਸਟੂਡੈਂਟ ਸੀ ਉਹਨਾਂ ਦਾ ਕੋਈ ਪੈਟੀ ਕੋਈ ਆਰਗੂਮੈਂਟ ਟਾਈਪ ਦੀ ਸੀ। ਇੱਕ ਲੜਕਾ ਹੈਗਾ ਹਰਸ਼, ਤਾਂ ਉਸਦਾ ਮੇਰੇ ਖਿਆਲ ਤੋਂ ਕਿਸੇ ਹੋਰ ਲੜਕੇ ਦੇ ਨਾਲ ਕੋਈ ਜਿੱਦਾਂ ਨੋਰਮਲ ਕੋਈ ਆਰਗੂਮੈਂਟ ਟਾਈਪ ਦੀ ਸੀ, ਅਤੇ ਇਹਨਾਂ ਨੇ ਫਿਰ ਡਿਸਾਈਡ ਕੀਤਾ ਕਿ ਬਈ ਇਹ ਇਸ ਟਾਈਮ 'ਤੇ ਇਕੱਠੇ ਹੋ ਕਰਕੇ ਇਸ ਨੂੰ ਸੁਲਝਾਵਾਂਗੇ, ਜਾਂ ਮਤਲਬ ਝਗੜਾ ਕਰਕੇ ਜਾਂ ਰਾਜ਼ੀਨਾਮਾ ਕਰਕੇ। ਬਟ ਬੇਸਿਕਲੀ ਇਹਨਾਂ ਦਾ ਇਹ ਮਕਸਦ ਸੀਗਾ ਕਿ ਦੋਨੋਂ ਪਾਸੇ ਆਪਣੇ ਬੰਦੇ ਜਿਹੜੇ ਆ ਇਕੱਠੇ ਕਰਕੇ, ਮਤਲਬ ਕਿ ਆਪਸੀ ਗੱਲਬਾਤ ਕਰੇ। ਅਤੇ ਜਦੋਂ ਇਹਨਾਂ ਦੇ ਬੰਦੇ ਇਕੱਠੇ ਹੋਏ ਹੈ, ਅਤੇ ਬੰਦੇ ਇਕੱਠੇ ਹੋ ਕਰਕੇ ਇਹਨਾਂ ਦੀ ਜਿਹੜੀ ਹੈ ਇਹ ਲੜਾਈ ਸ਼ੁਰੂ ਹੋ ਗਈ ਆਪਸੀ, ਇਹਨਾਂ ਨੇ ਥੱਪੜ ਮੁੱਕੇ ਮਾਰੇ। ਔਰ ਇਸ ਕਫਲ ਦੇ ਦੌਰਾਨ ਜਿਹੜੇ ਮੈਨੇ ਦੋ ਬੰਦਿਆਂ ਦੇ ਨਾਮ ਦੱਸਿਆ, ਇਹਨਾਂ ਦਾ ਮੋਸਟ ਇੰਪੋਰਟੈਂਟ ਟੂਲ ਹੈ, ਇਹਨਾਂ ਦੇ ਅਟੈਕ ਕਰਕੇ ਔਰ ਸਪੈਸ਼ਲੀ ਜਿਹੜਾ ਮੌਤ ਦਾ ਇਮੀਡੀਏਟ ਔਰ ਡਾਇਰੈਕਟ ਕਾਰਨ ਹੈ, ਉਹ ਹੈਗਾ ਸੁਲਤਾਨ ਵੱਲੋਂ ਇਸਤੇਮਾਲ ਕੀਤਾ ਗਿਆ ਚਾਕੂ। ਬਾਕੀ ਕਿਸੇ ਗਰੁੱਪ ਦੇ ਮੈਂਬਰ ਨਹੀਂ ਹੈ ਇੱਕ, ਮਤਲਬ ਕਿ ਇਸ ਕਰਕੇ ਅਸੀਂ ਇਸ ਐਂਗਲ ਨੂੰ ਰੂਲ ਆਊਟ ਕਰ ਸਕਦੇ। ਇਹਦੇ ਵਿੱਚ ਉਹ ਜਿਹੜੇ ਬੰਦੇ ਇਕੱਠੇ 15-20 ਉਸ ਮੌਕੇ ਤੇ ਹੋਏ ਸੀ ਮੈਜੋਰਿਟੀ ਸਟੂਡੈਂਟ ਸੀਗੇ, ਪਰ ਇਸ ਤੋਂ ਇਲਾਵਾ ਜਿਹੜਾ ਮੇਨ ਐਕਿਊਜ਼ਡ ਹੈ ਇੱਕ ਹੈਗਾ ਆਪਣਾ ਸੁਲਤਾਨ ਔਰ ਦੂਜਾ ਕਾਕਾ, ਇਹ ਬਾਹਰਲੇ ਆ। ਬਾਹਰਲੇ ਇਨ ਦਾ ਸੈਂਸ ਕਿ ਸਕੂਲ ਸਟੂਡੈਂਟਸ ਨਹੀਂ ਹੈ, ਬਟ ਰਹਿੰਦੇ ਖੰਨੇ ਦੇ ਵਿੱਚ ਹੀ। ਅੱਛਾ ਸਰ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸਟੂਡੈਂਟ ਸਕੂਲ ਦੇ ਵਿੱਚ ਵੀ ਬੱਚਾ ਜਿਹੜਾ ਇੱਕ ਦਮੇ ਦਾ ਮਰੀ, ਕੀ ਸੀਗੀ ਉਹ ਪ੍ਰੋਬਲਮ ਜਿਹਦੇ ਨੂੰ ਲੈ ਕੇ ਲੜਾਈ ਹੋਈ ਜਿਵੇਂ ਇਹਨਾਂ ਦੀ? ਐਕਚੁਅਲੀ ਜਿਹੜੀ ਗੱਲ ਸਾਹਮਣੇ ਆਈ ਹੈ, ਖਰਚ ਦਾ ਲੜਕਾ ਹੈ, ਉਹ ਕਹਿੰਦਾ ਹੈ ਕਿ ਜੀ ਮੇਰਾ ਛੋਟਾ ਭਰਾ ਸੀ, ਉਸਨੂੰ ਸ਼ਾਇਦ ਕੋਈ ਸਾਹ ਲੈਣ ਦੀ ਕੋਈ ਪ੍ਰੋਬਲਮ ਸੀ, ਅਤੇ ਦੂਜੇ ਪਾਸੇ ਦੇ ਕੁਛ ਲੜਕੇ ਉਸਨੂੰ ਤੰਗ ਪਰੇਸ਼ਾਨ ਕਰਦੇ ਸੀ, ਤਾਂ ਉਹਨਾਂ ਨੇ ਆਪਸੀ ਗੱਲਬਾਤ ਵੀ ਡਿਸਾਈਡ ਕੀਤਾ ਕਿ ਬਈ ਅਸੀਂ ਇਸ ਟਾਈਮ 'ਤੇ ਇਸ ਮੌਕੇ 'ਤੇ ਮਿਲ ਕੇ ਗੱਲਬਾਤ ਵਗੈਰਾ ਕਰਾਂਗੇ। ਅਤੇ ਉਦੋਂ ਫਿਰ ਉਹ ਗੱਲ ਚੱਲ ਕੇ ਇਹਨਾਂ ਨੇ ਆਪਣੇ ਦੋਨੋਂ ਪਾਸਿਆਂ ਨੇ ਆਪਣੇ ਬੰਦੇ ਇਕੱਠੇ ਕਰ ਲਏ, 5-10 ਬੰਦੇ। ਅਤੇ ਬੇਸਿਕਲੀ ਉਸ ਤੋਂ ਬਾਅਦ ਇਹ ਅਸੀਂ ਕਹਿ ਸਕਦੇ ਹਾਂ ਕਿ ਪ੍ਰੀ ਪਲਾਨ ਮਰਡਰ ਤਾਂ ਨਹੀਂ ਸੀ, ਪਰ ਮੌਕੇ ਦੇ ਉੱਤੇ ਡੈਫੀਨੇਟਲੀ ਜਿਹੜਾ ਮੇਨ ਮਰਡਰ ਕੀਤਾ ਹੈ ਉਹ ਮਰਡਰ ਸੁਲਤਾਨ ਨੇ ਕੀਤਾ ਹੈ। ਅੱਛਾ, ਇਹ ਵੀ ਕਹਿ ਸਕਦੇ ਆਪਾਂ ਵੀ ਰੈਗਿੰਗ ਹੋ ਸਕੂਲ ਦੇ ਵਿੱਚ ਹੋ ਰਹੀ ਸੀ, ਉਹਦੇ ਕਾਰਨ ਉਹਨਾਂ ਨੂੰ ਕੁਝ ਕਰਨਾ ਪਿਆ? ਐਕਚੁਅਲੀ ਇਸ ਵੇਲੇ ਰੈਗਿੰਗ ਦੀ ਕਿੰਨੀ ਪ੍ਰੋਬਲਮ ਹੈ ਅਸੀਂ ਉਸ ਚੀਜ਼ 'ਤੇ ਕਮੈਂਟ ਤਾਂ ਨਹੀਂ ਕਰ ਸਕਦੇ, ਬਟ ਜਿਹੜਾ ਹਰਸ਼ ਦਾ ਕਹਿਣਾ ਸੀ ਉਸਨੇ ਕਿਹਾ ਸੀ ਕਿ ਜੀ ਮੇਰੇ ਭਰਾ ਨੂੰ ਤੰਗ ਕਰਦਾ ਸੀ। ਕਿਹੜੇ ਸਕੂਲ ਦੇ ਸਟੂਡੈਂਟ ਸੀ ਸਰ? ਵਾਲੀਆ ਪਬਲਿਕ ਸਕੂਲ। ਕਿਹੜੀ ਕਲਾਸ ਦੇ ਸਟੂਡੈਂਟ? ਨਹੀਂ, ਗਰਲਸ ਐਂਗਲ ਕੋਈ ਸਾਹਮਣੇ ਨਹੀਂ ਆਇਆ, ਔਰ ਇਹ ਹੈਗੇ ਤਕਰੀਬਨ 10th 11th ਔਰ 12th ਕਲਾਸ ਦੇ ਸਟੂਡੈਂਟ। ਸਰ ਕਿਹੜੀ ਕਲਾਸ ਦੇ ਸਟੂਡੈਂਟ ਦੱਸ ਰਹੇ? 10th 11th ਜਾਂ 12th ਇਸ ਟਾਈਮ ਪੜ੍ਹ ਰਹੇ ਨੇ ਉੱਥੇ? ਪੜ੍ਹਦੇ ਸੀ? ਹਾਂਜੀ, ਕਾਫੀ ਪੜ੍ਹਦੇ, ਮਤਲਬ ਕਿ ਮੇਰਾ ਕਹਿਣ ਦਾ ਮਤਲਬ ਹੈ ਜਿਹੜੇ ਜਿਹੜਾ ਝਗੜਾ ਹੋਇਆ, ਜਿਹੜੇ ਮੈਜੋਰਿਟੀ ਉੱਥੇ ਇਕੱਠੇ ਜਿਹੜੇ ਸਕੂਲ ਵਾਲੇ ਹੋਏ ਸੀ ਉਹ 10th ਟੂ 12th ਕਲਾਸਿਸ ਦੇ ਹੈ, ਉਹਨਾਂ ਦਾ ਏਜ ਗਰੁੱਪ ਵੀ 16 ਤੋਂ 18 ਹੈ, ਸ਼ਾਇਦ ਇੱਕ ਦੋ ਲੜਕੇ 15 ਸਾਲ ਦੇ ਸੀਗੇ, ਬਟ ਉਹਨਾਂ ਦੇ ਜਿਹੜੀ ਸਟੈਂਡਰਡਸ ਹੈ ਐਜੂਕੇਸ਼ਨਲ ਸਟੈਂਡਰਡ 10th ਪਲੱਸ ਹੈ, 10 ਐਂਡ 10 ਅਬਵ। ਸਰ ਕਿੰਨੀ ਦੇਰ ਦੇ ਵਿੱਚ ਇਹ ਕੇਸ ਸੋਲਵ ਕਰ ਦਿੱਤਾ ਗਿਆ? ਇਹ ਜੀ ਸਾਨੂੰ ਇਤਲਾਹ ਮਿਲੀ ਸੀ ਤਕਰੀਬਨ 2 ਵਜੇ ਦੇ ਕਰੀਬ ਦੁਪਹਿਰ ਨੂੰ, ਔਰ ਸਾਰੇ ਦੋਸ਼ੀ ਅੱਜ ਤਕਰੀਬਨ 12-12 ਵਜੇ ਤੱਕ ਅਸੀਂ ਗ੍ਰਿਫਤਾਰ ਕਰ ਲਏ ਸੀਗੇ। ਸਰ ਕਿਹੜੇ ਹਥਿਆਰ ਕਿਹੜੇ ਮਿਲਣ ਤੋਂ ਜਿਹੜੇ ਜਾਂ? ਹਥਿਆਰ ਜੀ ਮੇਨ ਜਿਹੜਾ ਹਥਿਆਰ ਹੈ ਉਹ ਸੀਗਾ ਚਾਕੂ, ਜਿਹੜਾ ਕਿ ਸੁਲਤਾਨ ਨੇ ਇਸਤੇਮਾਲ ਕੀਤਾ ਹੈ, ਉਹ ਅਸੀਂ ਬਰਾਮਦ ਕਰ ਲਈ ਹੈ। ਉਸਦੇ ਉੱਤੇ ਕੁਝ ਖੂਨ ਦੇ ਨਿਸ਼ਾਨ ਵੀ ਹੈ, ਜਿਹੜਾ ਖੂਨ ਡਿਸੀਜ਼ ਦਾ ਹੈਗਾ ਉਹ ਥੋੜ੍ਹਾ ਡਰਾਈ ਹੋਇਆ ਵਾ, ਅਸੀਂ ਉਸਨੂੰ ਫੋਰੈਂਸਿਕ ਐਗਜ਼ਾਮੀਨੇਸ਼ਨ ਵਾਸਤੇ ਭੇਜਾਂਗੇ। ਦੂਜਾ ਇੱਕ ਜਿਹੜਾ ਪੰਚ ਸੀਗਾ ਜਿਸਦੇ ਉੱਤੇ ਉਹ ਸ਼ਾਰਪ ਸਟੀਲ ਐਜਿਸ ਹੈ, ਉਹ ਵੀ ਅਸੀਂ ਬਰਾਮਦ ਕਰ ਲਈ ਹੈ, ਜਿਹੜਾ ਕਾਕੇ ਨੇ ਇਸਤੇਮਾਲ ਕੀਤਾ ਸੀ। ਦੋਏ ਮੇਨ ਵੈਪਨ ਇਸਤੇਮਾਲ ਕੀਤੇ ਗਏ ਆ, ਪਰ ਜਿਹੜੀ ਡੈਥ ਹੋਈ ਹੈ, ਜਿਹੜੀ ਇੰਜਰੀ, ਫੇਟਲ ਇੰਜਰੀ ਹੋਈ ਹੈ,
ਉਸਦਾ ਕਾਰਨ ਸਿਰਫ ਉਹ ਚਾਕੂ ਹੈ ਜਿਹੜੇ ਉਹ ਦੋ ਸੱਟਾਂ ਬਹੁਤ ਡੀਪ ਵੂਨ ਲੱਗੇ ਹੈ ਉਹ ਡੀਪ ਔਰ ਸ਼ਾਰਪ ਵੂਨਡ ਹੈ ਜਿਸ ਤੋਂ ਕੰਟੀਨਿਊਸ ਤਕਰੀਬਨ 5-6 ਮਿੰਟ ਤੱਕ ਬਲੀਡਿੰਗ ਜਿਹੜੀ ਹੈ ਉਹ ਹੁੰਦੀ ਰਹੀ ਜਿਸ ਕਰਕੇ ਉਸਦੀ ਡੈਥ ਹੋ ਗਈ। ਪਰਚਾ ਜੀ 4 ਬੰਦਿਆਂ ਦੇ ਉੱਤੇ ਹੋਇਆ ਔਰ ਉਹ ਸਾਰੇ ਜਿਹੜੇ ਹੈਗੇ ਇਹ ਜੁਵੇਨਾਈਲਸ ਹੈ ਇਸ ਕਰਕੇ ਇੱਕ ਲੜਕਾ 18 ਸਾਲ ਦਾ ਹੈਗਾ। ਧਾਰਾ ਜੀ ਹੈਗੀ 302 323 34 IPC। ਠੀਕ ਹੈ ਸਰ, ਥੈਂਕ ਯੂ। ਲੈਫਟ ਹੈ ਰਾਈਟ ਹੈ ਉਸੇ ਅਟੈਕ ਕੀਤਾ ਸੀ ਦੀਨ ਉਸਦਾ ਕਾਜ਼ ਆਫ ਡੈਥ ਹੈ।